ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਇਹ ਪਹਿਲੀ ਰਸਮੀ ਮੁਲਾਕਾਤ ਸੀ। ਸੀਐਮ ਮਾਨ ਨੇ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਕੋਲ ਮੁੱਖ ਤੌਰ ਤੇ ਬੀਬੀਐਮਬੀ ਦਾ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਕਣਕ ਦਾ ਝਾੜ ਕੱਟਣ ਕਰਕੇ ਪੰਜਾਬ ਦੇ ਕਿਸਾਨਾਂ ਲਈ 500 ਰੁਪਏ ਤੱਕ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ। ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਨਾਲ ਮੀਟਿੰਗ ਹੋਈ ਹੈ। ਪੰਜਾਬ ਦੇ ਕੁਝ ਚਲੰਤ ਜਿਹੜੇ ਮੁੱਦੇ ਸੀ ਉਹਨਾਂ ਨਾਲ ਡਿਸਕਸ ਹੋਏ ਨੇ, ਜਿਨ੍ਹਾਂ ਦੇ ਵਿੱਚ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦਾ ਜਿਹੜਾ ਕੋਟਾ ਹੈ ਉਹਨੂੰ ਦੁਬਾਰਾ ਚਾਲੂ ਕੀਤਾ ਜਾਵੇ। ਇੱਕ ਬਾਸਮਤੀ ਜਿਹੜੀ ਹੈ ਉਹਦਾ ਕੋਈ, ਕਿਉਂਕਿ ਉਹ ਨੋਟੀਫਿਕੇਸ਼ਨ ਨਹੀਂ ਹੈਗਾ MSP ਦਾ, ਅਤੇ ਬਾਸਮਤੀ ਦੇ ਕਿਸਾਨਾਂ ਨੂੰ ਕੋਈ ਘਾਟਾ ਨਾ ਪਵੇ, ਇਸ ਸਿਲਸਿਲੇ 'ਚ ਉਹਨਾਂ ਨਾਲ ਗੱਲ ਹੋਈ। ਗਰਮੀ ਕਰਕੇ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸਾਡੀ ਰਿਲੈਕਸੇਸ਼ਨ ਦੀ ਜਿਹੜੀ ਚਿੱਠੀ ਸੀ ਉਹਨੂੰ ਮਨਜ਼ੂਰ ਕੀਤਾ ਕਿ ਦਾਣਾ ਸ਼ਰਿੰਕ ਹੋ ਗਿਆ ਤਾਂ ਕੋਈ ਕੱਟ ਨਾ ਲਾਇਆ ਜਾਵੇ, ਅਤੇ ਪਹਿਲੀ ਢੇਰੀ ਜਿਸ ਦਿਨ ਆਈ ਉਸ ਦਿਨ ਤੋਂ ਖਰੀਦਿਆ ਜਾਵੇ, ਅਤੇ ਉਹ ਉਹਨਾਂ ਨੇ ਪਹਿਲਾਂ ਹੀ ਮਨਜ਼ੂਰ ਕਰ ਲਿਆ ਸੀ। ਮੈਂ ਉਹਨਾਂ ਦਾ ਧੰਨਵਾਦ ਕੀਤਾ ਇਸ ਲਈ। ਇੱਕ ਇਸ ਤੋਂ ਬਾਅਦ ਜੋ ਕਿਉਂਕਿ ਝਾੜ ਘੱਟ ਗਿਆ ਦਾਣਾ ਛੋਟਾ ਹੋਣ ਕਰਕੇ, ਕੱਲ੍ਹ ਮੈਂ ਕਿਸਾਨ ਯੂਨੀਅਨ ਨਾਲ ਵੀ ਇਹੀ ਗੱਲ ਕੀਤੀ ਸੀ, ਅਤੇ ਮੈਂ ਉਹ ਵੀ ਮੁੱਦਾ ਉਠਾਇਆ ਕਿ 500 ਰੁਪਏ ਕੁਇੰਟਲ ਦਾ ਮੁਆਵਜ਼ਾ ਯੂਨੀਅਨਾਂ ਵੱਲੋਂ ਮੰਗਿਆ ਜਾ ਰਿਹਾ, ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਆਪਾਂ ਉਹਨਾਂ ਨੂੰ ਕੰਪਨਸੇਟ ਕਰੀਏ। ਤਾਂ ਉਹਨਾਂ ਨੇ ਮੈਨੂੰ ਇਹ ਭਰੋਸਾ ਦਿੱਤਾ ਕਿ ਮੈਂ ਐਗਜ਼ਾਮਿਨ ਕਰੂੰਗਾ ਇਹ ਸਾਰੇ ਮੁੱਦੇ। ਸਰਹੱਦ ਪਾਰ ਤੋਂ ਆਉਂਦਾ ਨਸ਼ਾ ਤੇ ਹਥਿਆਰ ਸੂਬੇ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਹੈ। ਮੁੱਖ ਮੰਤਰੀ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਕੋਲ ਡਰੋਨ ਰੋਕਣ ਲਈ ਲੇਟੈਸਟ ਤਕਨੀਕ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਹੈ। ਇਸ ਦੌਰਾਨ ਅਮਿਤ ਸ਼ਾਹ ਵੱਲੋਂ ਸੁਰੱਖਿਆ ਦੇ ਮੁੱਦੇ ਉੱਤੇ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਡਰੋਨ ਵਗੈਰਾ ਦਾ ਕਾਫੀ ਰੁਝਾਨ ਵੱਧ ਗਿਆ, ਐਂਟੀ ਡਰੋਨ ਸਿਸਟਮ ਵਾਸਤੇ ਵੀ ਅਸੀਂ ਮੰਗ ਕੀਤੀ ਹੈ ਕਿ ਜੇ ਤੁਸੀਂ ਸਾਨੂੰ ਕੋਈ ਟੈਕਨੋਲੋਜੀ ਦਿਓਗੇ। ਇਸ ਤਰ੍ਹਾਂ ਦੀਆਂ ਟੈਕਨੋਲੋਜੀ ਅੱਜ ਕੱਲ੍ਹ ਆ ਰਹੀ ਹੈ ਕਿ ਡਰੋਨ ਜਿਹੜਾ ਉਹ ਉੱਥੋਂ ਉੱਡੇ ਹੀ ਨਾ, ਇਸ ਤਰ੍ਹਾਂ ਦਾ ਇੱਕ ਜੈਮਰ ਲਾ ਦਿੱਤਾ ਜਾਵੇ। ਅਤੇ ਲੇਟੈਸਟ ਟੈਕਨੋਲੋਜੀ ਹੈ, ਉਹਦੇ ਬਾਰੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ। 10 ਕੰਪਨੀਆਂ ਉਹਨਾਂ ਨੇ ਸਾਨੂੰ ਪਿਛਲੇ ਦਿਨ ਹੀ ਭੇਜੀਆਂ ਪੈਰਾਮਿਲਟਰੀ ਫੋਰਸ ਦੀਆਂ, ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਇੰਟੈਲੀਜੈਂਸੀ ਦੀ ਰਿਪੋਰਟ ਆ ਰਹੀ ਹੈ ਕਿ ਕੁਛ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਹੋ ਰਹੀ ਹੈ ਹਿਮਾਚਲ 'ਚ ਵੀ, ਪੰਜਾਬ 'ਚ ਵੀ, ਤਾਂ ਅਸੀਂ ਮਿਲ ਕੇ ਸਾਰੇ ਇਕੱਠੇ ਕੰਮ ਕਰਾਂਗੇ। ਬੀਤੇ ਦਿਨੀ ਕਿਸਾਨ ਜਥੇਬੰਦੀਆਂ ਦੀਆਂ ਕਈ ਮੰਗਾਂ ਮੁੱਖ ਮੰਤਰੀ ਵੱਲੋਂ ਕੇਂਦਰ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਸੀ। ਵੀਰਵਾਰ ਨੂੰ ਉਹਨਾਂ ਮੰਗਾਂ ਉੱਤੇ ਖੁੱਲ੍ਹ ਕੇ ਚਰਚਾ ਹੋਈ, ਹਾਲਾਂਕਿ ਇਹ ਮੰਗਾਂ ਪ੍ਰਵਾਨ ਚੜੀਆਂ ਜਾਂ ਨਹੀਂ ਇਹ ਅਜੇ ਤੱਕ ਸਾਫ਼ ਨਹੀਂ ਹੋਇਆ। ਜਦੋਂ ਕਿ ਸੂਬੇ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਨੂੰ ਹੁਣ ਤੱਕ 10 ਪੈਰਾਮਿਲਟਰੀ ਫੋਰਸਿਸ ਯੂਨਿਟ ਮਿਲ ਚੁੱਕੇ ਨੇ ਅਤੇ 10 ਹੋਰ ਯੂਨਿਟ ਦੇਣ ਦਾ ਕੇਂਦਰੀ ਗ੍ਰਹਿ ਮੰਤਰੀ ਨੇ ਭਰੋਸਾ ਜ਼ਰੂਰ ਦਿੱਤਾ ਹੈ।